जी सत श्री अकाल पंजाबी हो किदां हाल चाल मैं तुहाडा अपना रविंदर सिंह शेरगिल और फारवी शेरगिल आ जा नव जिदा कि मैं वादा किया मैं भी आ गया कि जो नव नू डैडी ने बुलट गिफ्ट किया डैडी मतलब सोहरा साहब ने बुलट गिफ्ट किया मैं वादा किया नव नाल के बुलट का सारा समान जो लटरम पटरम अलॉय तो लैके ते वो आपां करे आंदा आ ते ब्लॉग पूरा देख लियो ते चला दो भाई श्यू निकले थी बट सही है बस चल पग बिच मुंडे का अलग ही रूप लगना थोड़े चिर तक केड़े रंग की बननी ही अज चल ये भी सजदी बहुत चल हो गई चल कर ला गाने तक गाना होना तेरे अखा बिच देख के मैं पग बननी मेरिया अखा च देख के पग बननी है हैं कदी कहना मेरे पग दियां पूणियां कराया करेगी मेतों करवानी ही पूणी साला तेरी जीजे ते तो नहीं नगा भरावा मैं इदा का बंदा नहीं गा चल आ ले अज इनू चेंज करा चले हैं जी आप बुलेट नू ते देखते हैं की ये छोन वाला है सब तो मेन चीज़ मैं भैड़ी लगन दी है टायर अलॉय पवावे होर बहुत कुछ है हॉर्न लवावे बाकी हॉर्न तो बाकी आ सीट चेंज करावे तो लाइट सही है आ हैंडल छोटा पवावे लाइटा वो तो करा लाँगे नीलिया ये आदि माड़ी कैक मारी बस हले स्पलेंडर आली आवाज आ चलो ਆਪਾਂ ਸ਼ਹਿਰ ਜਾਵਾਂਗੇ ਤੇ ਸੈੱਟ ਕਰਾ ਕੇ ਲਿਆਉਣੇ ਆ ਬਸ ਕਰ ਦੇ ਬਸ ਕਈ ਕੁਛ ਕਰਾਉਣ ਵਾਲਾ ਆ ਇਹਨੂੰ ਹਲੇ ਬੁਲਟ ਦੀ ਜੂਨੇ ਪਾਉਣਾ ਆ ਚਲੋ ਸਰਦਾਰ ਸਾਹਿਬ ਤੁਰੋ ਮੈਂ ਗੱਡੀ ਕੱਢਦਾ ਮੈਂ ਤੁਹਾਡੇ ਨਾਲ ਨਾਲ ਚੱਲਦਾ ਤੁਰੋ ਆ ਜਾਓ ਉੱਧਰ ਚਲੋ ਹੁਣ ਆਪਾਂ ਚੱਲੇ ਹਾਂ ਸ਼ਹਿਰ ਤੇ ਬਾਕੀ ਮਿਲਾਉਣਾ ਆਪਣੇ ਜਿਗਰੀ ਯਾਰ ਨਾਲ ਅਸੀਂ ਕਾ ਲਾਉਂਦੇ ਹੀ ਫੜੇ ਗਏ ਅੱਜ ਫਿਰ ਸ਼ਰਮ ਕਰ ਮਾੜੀ ਮੋਟੀ ਮੈਂ ਕੀ ਕਰਾਂਗਾ ਤੂੰ ਬੰਦ ਕਰ ਦੇ ਯਾਰ ਮੈਂ ਹੁਣ ਮੈਂ ਤਾਂ ਲਾਉਣੀ ਆ ਭਰਾ ਹੁਣ ਕਿਤੇ ਤਾਂ ਲੱਗਦੀ ਮੈਂ ਨਿਕੋਟੈਕਸ ਲਾਉਣ ਦਿਆ ਛੱਡਦਾ ਹੀ ਆ ਅੱਛਾ ਮਤਲਬ ਤੂੰ ਹੁਣ ਤੂੰ ਅੱਧਾ ਯਾਰ ਇੱਕ ਦੋ ਵਾਰੀ ਵੀ ਨਹੀਂ ਲਾ ਸਕਦਾ ਬੰਦਾ ਨਹੀਂ ਛੱਡ ਸਕਦਾ ਮੈਂ ਤੂੰ ਬਲੌਗ ਬਣ ਛੱਡਦੇ ਉਹ ਤਾਂ ਮੈਂ ਨਹੀਂ ਕਰ ਸਕਦਾ ਤੇ ਫੇ ਮੈਂ ਕਿਤੇ ਛੱਡ ਦਵਾਂ ਨਹੀਂ ਛੱਡ ਹੁੰਦੀ ਉਹ ਇੱਕ ਦੋ ਵਾਰ ਤਾਂ ਲਾਉਣੀ ਪੈਂਦੀ ਆ ਇਹ ਮਤਲਬ ਬੇਇੱਜ਼ਤੀ ਕਰੇਗਾ ਹੁਣ ਤਾਂ ਮੇਰੀ ਦਿਲ ਤੋੜਦਾ ਭੋਮਿਆ ਚਲੋ ਇਧਰੋਂ ਵੀ ਬੇਇੱਜ਼ਤੀ ਹੋ ਗਈ ਦੰਦਿਆਂ ਨਾਲ ਬੇਇੱਜ਼ਤੀ ਕਰੋ ਮੈਂ ਹੁਣ ਲਾਉਣ ਲੱਗਾ ਆ ਨਹੀਂ ਲੋਕੀ ਮਤਲਬ ਜਿਹੜੇ ਮੁੰਡੇ ਲਾਉਂਦੇ ਹੋਣਗੇ ਉਹਨਾਂ ਦਾ ਪਤਾ ਨਹੀਂ ਹੈ ਯਾਰ ਮੈਂ ਭਰਾ ਮੈਂ ਕਿਸੇ ਨੂੰ ਵੇਖਿਆ ਨਹੀਂ ਹੈ ਤੇਰਾ ਭਰਾ ਮੈਨੂੰ ਮਾਫ ਕਰ ਦੇ ਮੈਂ ਉਹਦਾ ਨਾ ਕੀ ਮੈਂ ਤੈਨੂੰ ਇੱਕੋ ਟੈਕਸ ਖਾਂਦੇ ਆ ਮੈਂ ਚਲੋ ਛੱਡ ਆ ਕਿਹਨੇ ਲਾਉਣ ਲਾਇਆ ਤੈਨੂੰ ਇਹ ਮੇਰਾ ਬਹੁਤ ਖਾਸ ਫਰੈਂਡ ਸੀਗਾ ਸਾਲਿਆ ਖਾਸ ਤੂੰ ਮੈਂ ਸੀਗਾ ਨਹੀਂ ਨਹੀਂ ਖਾਸ ਯਾਰ ਖਾਸ ਖਾਸ ਵੀ ਹੋ ਸਕਦੇ ਆ ਤੂੰ ਸਾਲਿਆ ਮੇਰਾ ਕਦੋਂ ਨਾਮ ਲੈਂਦਾ ਸਹੀ ਦੱਸ ਕੇ ਮੇਰਾ ਬਹੁਤ ਖਾਸ ਫਰੈਂਡ ਸੀਗਾ ਉਹਦਾ ਨਾਮ ਹੈਗਾ ਹੁੰਦਲ ਅੱਛਾ ਹੁੰਦਲ ਨੇ ਦਾ ਠੀਕ ਆ ਆਪਣਾ ਚੀੜਾ ਚੀੜੇ ਦੀ ਸਮਝ ਆਈ ਸਾਲੇ ਲੋਕਾਂ ਨੇ ਕਹਿਣਾ ਖਰੇ ਆ ਚਲ ਕੋਈ ਨਾ ਮੇਰਾ ਵੀ ਕਹਿ ਲੇਗਾ ਚਲੋ ਜਿਹਨੇ ਮੰਨਣਾ ਉਹਨੇ ਮੰਨੀ ਜਾਣਾ ਫਿਰ ਕਿਆ ਹੋ ਗਿਆ ਹਾਂਜੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਈ ਜਣੇ ਦੇ ਸਵਾਲ ਆਏ ਸੀਗੇ ਕਿ ਵੀਰੇ ਪੈਂਚ ਨੂੰ ਵੀਡੀਓ 'ਚ ਕਿਉਂ ਨਹੀਂ ਲੈਂਦੇ ਵੀਰੇ ਮੈਂ ਵੀਡੀਓ 'ਚ ਤਾਂ ਨਹੀਂ ਲੈਂਦਾ ਕਿਉਂਕਿ ਉਹਦੇ ਘਰ ਦੇ ਇਤਰਾਜ਼ ਕਰਦੇ ਆ
ਇਤਰਾਜ਼ ਐ ਕਰਦੇ ਆ ਕਿਉਂਕਿ ਮੈਂ ਨਸ਼ਾ ਛਡਾਉਣ ਨੂੰ ਕਹਿਣ ਲੱਗ ਪੈਂਦਾ ਉਹਨਾਂ ਨੂੰ ਇਤਰਾਜ਼ ਹੈ ਕਿਸੇ ਗੱਲੋਂ ਕਿ ਇੱਕ ਦਿਨ ਵੀਡੀਓ ਪਾਤੀ ਉਹ ਤੋਂ ਇਤਰਾਜ਼ ਆ ਬਹੁਤ ਇਤਰਾਜ਼ ਆ ਪੈਂਛ ਨੂੰ ਤਾਂ ਕੋਈ ਇਤਰਾਜ਼ ਨਹੀਂ ਪੈਂਛ ਤਾਂ ਮੈਨੂੰ ਹੁਣ ਵੀ ਟੱਕਰਿਆ ਅਤੇ ਉਹਦੇ ਘਰਦਿਆਂ ਨੂੰ ਇਤਰਾਜ਼ ਆ ਜਦੋਂ ਇੱਕ ਦਿਨ ਮੈਂ ਸੈਂਟਰ ਲਿਜਾਣ ਨੂੰ ਗੱਡੀ ਮੈਂ ਆਪਣੇ ਸਰਦਾਰ ਸਾਹਿਬ ਨੂੰ ਵੀ ਨਾਲ ਬਿਠਾਇਆ ਉਦੋਂ ਕੋਈ ਬਾਹਰ ਹੀ ਨਹੀਂ ਆਇਆ ਠੀਕ ਹੈ ਜੀ ਮੁੰਡੇ ਨੂੰ ਘਰ ਹੀ ਰੋਕ ਲਿਆ ਉਹਨਾਂ ਦੇ ਘਰਦਿਆਂ ਨੇ ਰੋਕ ਲਿਆ ਸੈਂਟਰ ਜਾਣ ਨੂੰ ਅਸੀਂ ਜਦ ਚੱਲੇ ਸੀਗੇ ਮੈਂ ਗੱਡੀ ਬਾਹਰ ਕੱਢੀ ਤੇ ਪੈਂਛੂ ਨੂੰ ਘਰੋਂ ਉਹਨਾਂ ਨੇ ਆਉਣੇ ਦਿੱਤਾ ਕੀਤਾ ਮੰਮੇ ਵੀਰ ਜੀ ਕਹਿੰਦੇ ਸੀ ਹੋਰਨ ਨਹੀਂ ਮਾਰਿਆ ਤੁਸੀਂ ਆਹੋ ਪੈਂਛੂ ਕਹਿੰਦਾ ਹੋਰਨ ਨਹੀਂ ਮਾਰਿਆ ਤੁਸੀਂ ਮੈਨੂੰ ਸੱਦਣ ਨੂੰ ਠੀਕ ਆ ਤੇ ਬਾਕੀ ਗੱਲ ਇੱਦਾਂ ਹੈ ਕਿਸੇ ਨਾਲ ਕੋਈ ਚੱਕਰ ਨਹੀਂ ਗਾ ਪੈਂਛੂ ਤਾਂ ਮੈਨੂੰ ਕਹਿੰਦਾ ਹੁਣ ਟੱਕਰੇ ਕਹਿੰਦਾ ਭਾਜੀ ਮੈਨੂੰ 4-5 ਲਈ ਤਾਂ ਬਲੋਕ 4-5 ਸਕਿੰਟ ਲਈ ਬਲੋਕ 'ਚ ਲਿਆ ਕਰੋ ਉਹ ਦੇਖੋ ਜੀ ਮੈਂ ਨਾ ਪੈਂਛੂ ਨੂੰ ਲੈ ਕੇ ਦੇਣਾ ਸੀ ਬੁਲਟ ਸਿਰਫ ਇਸ ਸਿਰਫ ਮੇਰਾ ਭਰਾ ਸੀਗਾ ਭਰਾ ਦਿਲੋਂ ਮੰਨਦਾ ਸੀਗਾ ਇਸ ਕਰਕੇ ਲੈ ਕੇ ਦੇਣਾ ਸੀਗਾ ਅਤੇ ਉਹਨੂੰ ਸਿਰਫ ਇੰਨਾ ਹੀ ਕਿਹਾ ਕਿ ਨਸ਼ੇ ਜਾਂ ਕੁਛ ਵੀ ਗਲਤ ਮਲਤ ਗੋਲੀਆਂ ਕਹਿੰਦਾ ਛੱਡ ਦੇ ਠੀਕ ਹੈ ਜੀ ਆਹ ਇਸ ਗੱਲ ਦਾ ਇਤਰਾਜ਼ ਕੀਤਾ ਆ ਕਿ ਉਹਨਾਂ ਦੇ ਘਰਦਿਆਂ 'ਚੋਂ ਕਿਸੇ ਨੇ ਚਲੋ ਮੈਂ ਉਹਨਾਂ ਤੋਂ ਕੀ ਲੈਣਾ ਦੇਣਾ ਪਰ ਗੱਲ ਇਹ ਆ ਕਿ ਜਿਹੜੇ ਬੰਦੇ ਨੇ ਮੇਰਾ ਕਹਿਣਾ ਨਹੀਂ ਮੰਨਿਆ ਅਤੇ ਉਹ ਮੇਰਾ ਕੁਛ ਨਹੀਂ ਲੱਗਦਾ ਠੀਕ ਹੈ ਜਦ ਤਾਈਂ ਉਹ ਸੁਧਰਦਾ ਨਹੀਂ ਉਨਾ ਚਿਰ ਤਾਂ ਬਲੋਗ 'ਚ ਨਹੀਂ ਆਉਂਦਾ ਅਤੇ ਬਾਕੀ ਯਾਰ ਜੇ ਕੋਈ ਜੇ ਗਏ ਕਿਸੇ ਨੂੰ ਲੱਗਦਾ ਕਿ ਤੁਸੀਂ ਉਹਦੇ ਕਰਕੇ ਬਲੋਗ ਦੇਖਦੇ ਮੇਰਾ ਚੈਨਲ ਵੀਰੇ ਅਨਸਬਸਕ੍ਰਾਈਬ ਕਰ ਲਓ ਮੈਨੂੰ ਉਹਦੇ ਵਿਊਅਰਸ ਨਹੀਂ ਚਾਹੀਦੇ ਠੀਕ ਹੈ ਜੀ ਵਾਹਿਗੁਰੂ ਦੀ ਮਿਹਰ ਨਾਲ ਮੈਨੂੰ ਪਿਆਰ ਕਰਨ ਵਾਲੇ ਬਹੁਤ ਆ ਨਾ 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 ਇਹ ਪਟਾਕਿਆਂ ਵਾਲਾ ਨਹੀਂ ਉਹ ਚੀਜ਼ ਲੱਗੀ ਰੇਸ ਦੇ ਕੇ ਦੇਖਦੇ ਆ ਇਹਦਾ ਪਟਾਕਾ ਨਹੀਂ ਦੇ ਨਵ ਦੇ ਕੇ ਦਿਖਾ ਦੇ ਦਿਖਾ ਦੇ ਸਾਨੂੰ ਕੋਈ ਗੱਲ ਨਹੀਂ ਮੈਂ ਕਿਹਾ ਬੈਮ ਨਿਕਲ ਜਵੇ ਬਸ ਇਹਨੂੰ ਸਹੀ ਕਰਵਾਉਣ ਚੰਨੇ ਆ ਉਹ ਪਤਾ ਕਿਦਾਂ ਉਦਾਂ ਵੀ ਛੀਆ ਚਾਹਣ ਲਾ ਉਦਾਂ ਵੀ ਨਿਆਣਾ ਦੇਖ ਕੇ ਨਾ ਬੜੀ ਛੇਤੀ ਉਧਰੋਂ ਇੱਧਰ ਆਏ ਉਦਾਂ ਜਿੱਦਾਂ ਕੁੜੀਆਂ ਭਾਵੇਂ ਟ੍ਰਿਪਲਿੰਗ ਕਰਦੀਆਂ ਜਿਹਨਾਂ ਉਹਨਾਂ ਨੂੰ ਨਹੀਂ ਰੋਕਣਾ ਉਹ ਦੇਖਿਆ ਨਾ ਨਿਆਣਾ ਜਿਹਾ ਉਹਨੂੰ ਰੋਕ ਲਿਆ ਇੱਦਾਂ ਕੋਈ ਵੀ ਤਾਂ ਗੱਲ ਆ ਉਹਨਾਂ ਨੂੰ ਲੱਗਾ ਖਰੇ ਇਕੱਲਾ ਹੀ ਆ ਉਹ ਨਵ ਇਕੱਲਾ ਹੀ ਆ ਤੇ ਰੇਸ ਦੇ ਕੇ ਆਪ ਹੀ ਮੋਟਰਸਾਈਕਲ ਦੀ ਰੇਸ ਦੇਣ ਲੱਗ ਪਿਆ ਇਹ ਦੂਜਾ ਆਵਾਜ਼ ਦੇਖਣ ਲੱਗ ਪਿਆ ਨੋਰਮਲ ਜੀ ਗੱਲ ਆ ਕਿ ਮੋਟਰਸਾਈਕਲ ਨੂੰ ਹੱਥ ਲਾਉਣ ਦਾ ਕੋਈ ਫਰਜ਼ ਨਹੀਂ ਬਣਦਾ ਜੇ ਉਹ ਨਿਆਣਾ ਆ ਨਾ ਉਹਦੇ ਮੋਟਰਸਾਈਕਲ ਨੂੰ ਹੱਥ ਨਹੀਂ ਲਾ ਸਕਦੇ ਤਾਂ ਘੁਮਾ ਨਹੀਂ ਸਕਦੇ ਠੀਕ ਹੈ ਇਹ ਸਾਰੀ ਮਾਰਕੀਟ ਇਹ ਅਲੋਏ ਲਾ ਲਓ ਇੱਦਾਂ ਦੇ ਕੰਮਾਂ ਦੀ ਆ ਜਿੱਦਾਂ ਅਲੋਏ ਹੋ ਗਏ ਕੋਈ ਵੀ ਚੀਜ਼ ਕਰਾਉਣੀ ਹੋਵੇ ਸਾਹਮਣੇ ਵੀ ਅਲੋਏ ਦੀ ਦੁਕਾਨ ਆ ਟਾਇਰ ਬਾਈਕਾਂ ਬੁਈਕਾਂ ਦੀ ਜੋ ਵੀ ਓਏ ਬਸ ਕਰ ਟੀ ਦੇ ਆ ਚੱਕਿਆ ਤੇ ਜੀ ਹੁਣ ਦੇਖਦੇ ਹਾਂ ਪਸੰਦ ਕਰਦੇ ਹਾਂ ਮੈਨੂੰ ਤਾਂ ਜੀ ਸਭ ਤੋਂ ਜ਼ਿਆਦਾ ਵੈਸੇ ਪਸੰਦ ਆ ਆਉਂਦੇ ਆ ਅਤੇ ਬਾਕੀ ਐਸ ਵਾਲੇ 'ਚ ਵੀ ਕਈ ਤਰ੍ਹਾਂ ਦੇ ਆ ਥੱਲੇ ਉਹ ਵਿੱਚ ਵੀ ਹੈਗੇ ਆ ਕਿਹੜੇ ਐਸ ਅਤੇ ਅੱਛਾ ਆਹ ਤਾਂ ਨਹੀਂ ਪਵਾਉਣੇ ਪਵਾਉਣੇ ਤਾਂ ਪਾ ਵਾਲੇ ਆ ਅਤੇ ਵਰਾਇਟੀ ਬਹੁਤ ਪਈ ਹੈ ਭਾਜੀ ਉਹਨਾਂ ਕੋਈ ਨਾ ਭਾਜੀ ਕੋਈ ਨਾ ਕੋਈ ਨਾ ਸਭ ਤੋਂ ਪਹਿਲੋਂ ਅਲੋਏ ਆਪਾਂ ਆਹ ਪਸੰਦ ਕਰ ਲਏ ਆ ਠੀਕ ਹੈ ਜੀ ਕੀ ਆਹ ਟਾਇਰ ਆ ਗਿਆ ਆਪਣਾ ਚੱਕੀ ਤਾਂ ਨਾ ਵੀ ਦਿਖਾ ਦੇਖੀ ਬਾਕੀ ਅਲੋਏ ਕਰਦੇ ਆ ਪਸੰਦ ਕਰ ਲਏ ਆ ਮਤਲਬ ਤੇ ਬਾਕੀ ਤੁਹਾਨੂੰ ਮੈਂ ਕਹਿੰਦਾ ਸੀਗਾ ਬੰਦੇ ਨੂੰ ਬਲੌਗ 'ਚ ਲੈਣਾ ਨਹੀਂ ਸ਼ੈਤਾਨ ਦਾ ਨਾਂ ਲਿਆ ਸ਼ੈਤਾਨ ਹਾਜ਼ਰ ਹੋ ਗਿਆ ਸ਼ੁਰੂ ਕੰਮ ਨਵ ਦੇ ਮੂੰਹ ਤੇ ਖੁਸ਼ੀ ਪੂਰੀ ਝਲਕ ਗਈ ਕੇ ਇਹ ਕਿਹਦੇ ਵੱਲੋਂ ਗਿਫਟ ਹੋਣ ਦੱਸ ਇਹ ਭਾਜੀ ਵੱਲੋਂ ਆ ਪਹਿਲੀ ਗੱਲ ਪਤਾ ਕੀ ਆ ਯਾਰ ਮੇਰੀ ਗੱਲ ਸੁਣੋ ਜਿਹੜਾ ਬੁਲਟ ਸੀਗਾ ਨਾ ਇਹਦਾ ਉਹ ਮੈਂ ਗਿਫਟ ਨਹੀਂ ਕੀਤਾ ਹੋਇਆ ਕਈਆਂ ਨੂੰ ਵਹਿਮ ਹੋ ਗਿਆ ਕਿ ਬੁਲਟ ਮੈਂ ਗਿਫਟ ਕੀਤਾ ਵੀਡੀਓ ਧਿਆਨ ਨਾਲ ਦੇਖਿਆ ਕਰੋ ਵੀਡੀਓ 'ਚ ਮੈਂ ਇਹ ਕਿਹਾ ਸੀਗਾ ਕਿ ਸਾਡੇ ਸਰਦਾਰ ਸਾਹਿਬ ਨੇ ਉੱਧਰ ਲਿਆ ਨੇ ਸੋਹਰਾ ਸਾਹਿਬ ਨੇ ਗਿਫਟ ਕੀਤਾ ਅਤੇ ਜ਼ਰੂਰ ਮੈਂ ਇਹ ਜ਼ਰੂਰ ਕਿਹਾ ਸੀ ਕਿ ਮੈਂ ਅਲੋਏ ਅਤੇ ਬਾਕੀ ਜਿਹੜਾ ਅਲੋਏ ਪਵਾ ਦਿੰਦਾ ਹੋਰ ਕੀ ਪਵਾਉਣਾ ਅਲੋਏ ਪਵਾ ਦਿੰਦਾ ਹੋਰ ਲਵਾ ਦਿੰਦਾ ਬੈਂਡ ਬੁੰਡ ਸਲਾਂਸਰ ਲੈਟ ਜੋ ਲੈਟਰਮ ਪਟਰਮ ਉਹ ਲਵਾ ਦਿੰਦਾ ਟਾਇਰ ਟੂਰ ਵਾਲਾ ਤਾਂ ਕੰਮ ਚਲੋ ਹੋਣ ਲੱਗਾ ਅਤੇ ਹੈਂਡਲ ਮੈਂ ਕਹਿਣ ਹੀ ਲੱਗਿਆ ਉੱਦਾਂ ਹੀ ਪਵਾ ਦੇਣਾ ਟੈਨਸ਼ਨ ਨਾ ਲੈ ਹੈਂਡਲ ਭਾਈ ਦਿਖਾਇਓ ਮਾੜਾ ਜਿਹਾ ਫਿਰ ਰੱਖ ਕੇ ਦਿਖਾ ਦਿਓ ਕਿੰਨਾ ਕਿੰਨਾ ਕਹੂਗਾ ਇੱਥੇ ਕੁ ਭਾਈ ਰੱਖ ਕੇ ਦਿਖਾਓ ਜਿੱਦਾਂ ਜੀ ਮੈਂ ਸਮਝ ਗਿਆ ਆਹ ਚਾਹੀਦਾ ਭਾਜੀ ਬਸ ਇੱਥੇ ਤੱਕ ਹੋ ਗਏ ਹਾਲੇ ਗਾਂਹ ਨੂੰ ਜਾਣਾ ਨਾ ਹੋਰ ਨਿਕਲ ਲੱਗਣਾ ਇੱਥੇ ਆਉਣਾ ਅਤੇ ਇੱਥੇ ਇੱਥੇ ਤੱਕ ਆਊਗਾ ਨਾ ਟੇਢਾ ਜਿਹਾ ਠੀਕ ਹੈ ਭਾਜੀ ਆਹ ਵੀ ਚੇਂਜ ਕਰ ਬਾਕੀ ਆਹ ਚੀਜ਼ਾਂ ਆਪਾਂ ਲਹਾ ਦੇਣੀਆਂ ਕਹਿੰਦਾ ਬਾਕੀ ਚਾਹ ਤੋਂ ਬਿਨਾਂ ਚੱਲਦੀ ਨਾ ਗੱਡੀ ਬਾਬੇ ਨਵਜੋਤ ਸਿੰਘ ਅੱਜ ਖੁਸ਼ ਬਹੁਤ ਆ ਜਦੋਂ ਹੈ ਨਾ ਜੀਜਾ ਜੀ ਨੂੰ ਰਗੜਾ ਲਾਉਂਦੇ ਆ ਉਹ ਦਿਨ ਤਾਂ ਬਹੁਤ ਖੁਸ਼ ਹੁੰਦੇ ਆ
ਬਿੰਜੂ ਭਾਈ ਕਹਿੰਦੇ ਹੁਣੇ ਹੁਣੇ ਪੁਆੜਾ ਜੋ ਜੋ ਪੁਆਣਾ ਉਹ ਪੈਂਚੂ ਦਾ ਨਾਮ ਬਲਾਉ ਜੀ ਇਹ ਬਹਿਣੀ ਦਾ ਬੰਦਾ ਤੂੰ ਸਮਝ ਆਣ ਦੇਖਿਆ ਕਰ ਇਹਨੂੰ ਜਾਤੀ ਇਹ ਸੁਧਰਦਾ ਨਹੀਂ ਉਹਨੂੰ ਤੱਕ ਆਣ ਦੇਖਿਆ ਕਰ ਇਹਨੂੰ ਹੈ ਹੀ ਨਹੀਂ ਗਾ ਇੱਥੇ ਲੱਗ ਜਾ ਕੇ ਜਦੋਂ ਆਪਾਂ ਇਹ ਸੇਮ ਰਹਿਣ ਦੇਣੀ ਆ ਤੇ ਇਹਦੇ ਵਿੱਚ ਪਤਲੀ ਕਰਨਾ ਇਹਨੂੰ ਪਤਲੀ ਸੀਟ ਦਿਖਾ ਦੋ ਚਲੋ ਚੱਲਾਂ ਮੈਂ ਨਾਲ ਚਲਾ ਨਾ ਚੱਲੀਏ ਅੱਛਾ ਨਾ ਪੈਂਚੂ ਕੀ ਕਹਿੰਦਾ ਅੱਜ ਉੱਥੇ ਅੰਦਰ ਖੜਾ ਤੇ ਮੇਰੇ ਲਾਗੇ ਆ ਗਈ ਉੱਚੀ ਬੋਲਿਆ ਕਰ ਪਿਓ ਨਾ ਲਾਗੇ ਖੜਿਆ ਮੇਰੇ ਦੇ ਆ ਕੇ ਕਹਿੰਦਾ ਕਿ ਭਾਜੀ ਕਹਿੰਦਾ ਲੜਕੇ ਆਇਆ ਆ ਆਪਣਾ ਕੰਮ ਲਵਾਲਾ ਜੋ ਜਲਵਾਣਾ ਉਹ ਮੈਂ ਹਾਂ ਜਾਣ ਦੇ ਭਾਵਾ ਕਿ ਦੇ ਲਾ ਨਹੀਂ ਦੇਖਿਆ ਜਾਵੇ ਉਹਦੀ ਇਹ ਸੋਚ ਆ ਕਿ ਮੈਂ ਲੜਕੇ ਆਇਆ ਨੱਪ ਲਓ ਉਹ ਇਹੀ ਸੋਚਦਾ ਮੇਰੇ ਬਾਰੇ ਉਹਦੇ ਲਈ ਮੈਂ ਮਸ਼ੀਨ ਹੀ ਆ ਮੈਂ ਭਰਾ ਦਾਂ ਮੈਂ ਪੈਂਚੂ ਦੀ ਗੱਲ ਕਰਦਾ ਅੱਛਾ ਜੀ ਆਹ ਮੜੀ ਆ ਇਹੀ ਚਾਹੀਦੀ ਆ ਭਾਜੀ ਇਹੀ ਆਪਣੇ ਬੁਲਟ ਨੂੰ ਆ ਤੇ ਮੋਰਲੇ ਟਾਇਰ ਦੀ ਲੁੱਕ ਆਈ ਘੈਂਟ ਆ ਹੁੰਦੇ ਨਾ ਇਸ ਵਾਲੇ ਦੂਜੀ ਸਾਈਡ ਤੋਂ ਪਤਾ ਲੱਗੂਗਾ ਅੱਜ ਕੱਲ੍ਹ ਤਾਂ ਜੰਤ ਐਵੇਂ ਹੋਰ ਹੀ ਤਾਰਾਂ ਤੂਰਾਂ ਹੀ ਪਵਾਈ ਜਾਂਦੀ ਹੈ ਉਹ ਚੀਜ਼ਾਂ ਨਹੀਂ ਪਸੰਦ ਅੱਜ ਕੱਲ੍ਹ ਇਹ ਨਹੀਂ ਪਵਾਉਂਦੇ ਮਰਸੀਡੀ ਵਾਲੇ ਪਿੱਛੇ ਪਏ ਆ ਸਾਰੇ ਹਾਂ ਆ ਵੱਖਰੀ ਚੀਜ਼ ਲਿਆਂਦੀ ਫੇਰ ਆਪਾਂ ਵਾਪਸ ਲਿਆਂਦੇ ਪੁਰਾਣੇ ਟਾਇਰ ਹੁਣ ਇਹਦੀ ਹੋਊਗੀ ਆਹਾ ਸੀਟ ਪਤਲੀ ਇੱਥੋਂ ਕਢਾਉਣਾ ਹੈ ਗੱਦੀ ਕਢਾਉਣੀ ਆ ਤੇ ਸਲਾਂਸਰ ਦਾ ਹੋਊਗਾ ਸਲਾਂਸਰ ਚੇਂਜ ਬੈਂਡ ਦਾ ਕਰਨਗੇ ਹੱਲ ਆਹਾ ਹੈਂਡਲ ਚੇਂਜ ਲਾਈਟ ਬਾਰੇ ਦੇਖ ਕਿ ਸਭ ਤੋਂ ਜ਼ਿਆਦਾ ਨਵ ਤੈਨੂੰ ਪੁੱਛ ਕੇ ਕਰਾਉਣਾ ਫੇਰ ਨਾ ਕਹੀਂ ਆਹ ਜਿਹੜਾ ਨਾ ਪੈਰ ਰੱਖਣ ਵਾਲਾ ਇਹ ਲੁੱਕ ਮਾਰ ਦਿੰਦਾ ਆ ਲਾ ਦਈਏ ਹੋਰ ਹੋਰ ਠੀਕ ਹੈ ਕਿਉਂਕਿ ਇਹਦੇ ਨਾਲ ਹੀ ਲੁੱਕ ਆਉਣੀ ਆ ਆਪਾਂ ਜੀ ਆਹ ਲਾ ਦਿਓ ਆ ਅੱਛਾ ਮਤਲਬ ਹਾਂ ਆ ਇਦਾਂ ਦੀ ਰੋਡ ਲੱਗੂਗੀ ਉੱਧਰ ਹੈ ਨਾ ਇਸੇ ਤਰ੍ਹਾਂ ਇਹਦੀ ਜਿੱਦਾਂ ਪੁਰਾਣਾ ਮਾਡਲ ਆਉਂਦਾ ਆ ਮਤਲਬ ਆਹ ਰੋਡ ਜੇ ਲਾਈ ਮਰਗਾੜ ਇਹਦੇ ਸਹਾਰੇ ਆ ਹੈ ਨਾ ਇਹ ਲਾ ਨਹੀਂ ਸਕਦੇ ਇੱਥੇ ਰੋਡ ਲੱਗੂਗੀ ਠੀਕ ਹੈ ਉਹ ਲਾ ਦਿਓ ਤੁਸੀਂ ਕੋਈ ਚੱਕਰ ਨਹੀਂ ਨਾ ਤੂੰ ਖੁਸ਼ ਰਹੀ ਮੇਰਾ ਭਰਾ ਮੈਂ ਖੁਸ਼ ਆ ਇਹ ਸੋਚਣ ਆ ਡੈਡੀ ਨੇ ਬੁਲਟ ਦੀ ਹਾਲਤ ਵੇਖ ਲਈ ਮੈਂ ਦੱਸ ਤੂੰ ਦੱਸ ਦੇ ਨਾ ਤੂੰ ਕਹ ਭਾਜੀ ਉਹਨਾਂ ਨੇ ਰੋਕੜਾ ਲਾਇਆ ਰੋਕੜਾ ਬਿਨਾ ਰੁਕੇ ਹੋਏ ਤੂੰ ਕਹ ਇੱਕ ਚੀਜ਼ ਵੀ ਨਾ ਨਹੀਂ ਕਹੀ ਇਹ ਵੀ ਕਿ ਨੰਨਾ ਨਹੀਂ ਪਾਇਆ ਨੰਨਾ ਜੋ ਪਵਾਉਣਾ ਪਵਾ ਲਾ ਪਵਾ ਖੁਸ਼ ਹੋ ਕੇ ਤੇ ਵੈਸੇ ਤਾਂ ਲਾਈਟਾਂ ਮੈਨੂੰ ਪਸੰਦ ਆ ਜਿਹੜੀ ਬੁਲਟ ਤੇ ਆਉਂਦੀ ਹੈ ਵੈਸੇ ਇਹਦੇ ਵਿੱਚ ਆਹ ਲਾਈਟਾਂ ਵੀ ਆਉਂਦੀਆਂ ਜੇ ਚੇਂਜ ਕਰਾਉਣੀ ਹੈ ਬਾਕੀ ਦੇਖਦੇ ਜੇ ਚੇਂਜ ਕਰਾਉਣੀ ਹੈ ਤਾਂ ਬੌਸ ਨਾ ਬੌਸ ਬਣਨਾ ਬੌਸ ਨਾ ਵਾ ਕੋਈ ਸ਼ੌਂਕ ਨਹੀਂ ਹੈਗਾ ਵਾਕਈ ਗੱਲ ਹੈ ਨਹੀਂ ਦੱਸ ਜੇ ਪਵਾਉਣੀ ਹੈ ਤਾਂ ਉਹ ਦੇਖ ਲੈਂਦੇ ਹਾਂ ਕੋਈ ਨਹੀਂ ਜਦੋਂ ਸ਼ਾਮ ਨੂੰ ਆਪਾਂ ਨਿਕਲਣਾ ਤੇ ਇਹ ਆਪਾਂ ਰਿਕਲਾ ਰਿੰਗ ਜਗਾ ਸਕਦੇ ਹਾਂ ਹਾਂਜੀ ਤੇ ਗੱਬਿਆਂ ਉਹ ਤੇਰੇ ਆਪਾਂ ਆਈਸ ਵਾਹ ਜੀ ਵਾਹ ਉਹ ਲੁਕੋ ਦੀ ਆਂਦੀ ਏ ਆਈਸ ਗਲੀਆਂ ਇਹਦਾ ਗੱਡੀ ਦੀ ਲਾਈਟ ਨਾਲ ਵੀ ਤੂੰ ਉਹ ਤੇਰੇ ਉਹ ਭਾਜੀ ਉਹ ਅੱਖਾਂ ਮੇਰੀਆਂ ਨਾ ਬੰਦ ਹੋਣ ਡਈਆਂ ਆ ਕਿਉਂਕਿ ਅੱਜ ਕੱਲ ਚੱਕਰ ਇਹ ਦੂਰੋਂ ਦੇਖਦਾ ਅੱਜ ਕੱਲ ਚੱਕਰ ਬੰਦ ਕਰ ਦੋ ਭਾਜੀ ਅੱਖਾਂ ਬਹੁਤ ਨੇ ਅੱਜ ਕੱਲ ਚੱਕਰ ਇਹ ਆ ਕਿ ਜਿਹੜੇ ਗੱਡੀਆਂ ਵਾਲੇ ਆ ਨਾ ਉਹ ਬੁਲਟਾਂ ਜਾਂ ਮੋਟਰਸਾਈਕਲਾਂ ਵਾਲਿਆਂ ਦੀਆਂ ਅੱਖਾਂ 'ਚ ਲਾਈਟਾਂ ਬਹੁਤ ਮਾਰਦੇ ਆ ਲਾਈਟ ਡਾਊਨ ਕਰਨ ਦਾ ਜਿਹੜੇ ਕਈ ਗੁੱਸਾ ਨਾ ਕਰੋ ਸ਼ਹਿਰ ਵਾਲੇ ਪਰ ਕਈ ਬੀਬੀਆਂ ਬੈਠੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਕਹਿ ਦਈਏ ਨਾ ਡਿੱਪਰ ਵੀ ਦੇ ਦਈਏ ਕਿ ਲਾਈਟ ਡਾਊਨ ਕਰ ਦਿਓ ਉਹਨਾਂ ਨੂੰ ਪਤਾ ਹੀ ਨਹੀਂ ਡਿੱਪਰ ਦਾ ਹੁੰਦਾ ਕੀ ਹੈ ਲਾਈਟ ਡਾਊਨ ਕਰਨ ਦਾ ਵੀ ਆਪਸ਼ਨ ਹੁੰਦਾ ਲਾਈਟ ਡਾਊਨ ਹੀ ਨਹੀਂ ਕਰਦੇ ਤਾਂ ਮੋਟਰਸਾਈਕਲ ਵਾਲਾ ਵਿਚਾਰਾ ਇੱਦਾਂ ਹੱਥ ਰੱਖ ਲੈਂਦਾ ਹੈ ਤੇ ਆਪਾਂ ਉਹਨਾਂ ਨੂੰ ਲਾਈਟ ਹੀ ਇੱਦਾਂ ਦੀ ਪਵਾਤੀ ਇਹਨੂੰ ਹੱਥ ਰੱਖਣ ਦੀ ਲੋੜ ਹੀ ਨਾ ਪਵੇ ਅਗਲੇ ਹੱਥ ਰੱਖ ਲਵੇ ਹੁਣ ਦੱਸ ਆ ਬਾਹਰ ਆ ਕੇ ਸਿਫਤ ਕਰਨਾ ਨਾ ਉਹਦੇ ਬੁਲਟ ਨੂੰ ਲਾਈਟ ਵੀ ਪਵਾਤੀ ਆ ਹੁਣੇ ਦੱਸ ਨਾ ਅੰਦਰ ਕੀ ਕਹਿੰਦਾ ਸੀ ਜੱਫੀ ਹੁਣ ਘਰ ਜਾ ਕੇ ਪਾਵਾਂਗਾ ਇੱਥੇ ਪਾਣੀ ਜੱਫੀਆਂ ਪਾਉਂਦਾ ਸੀ ਕਹਿ ਨਾ ਕੀ ਕਹਿੰਦਾ ਬੱਲੇ ਉਹ ਬੱਲੇ ਜੀ ਜੀ ਆ ਪਾਲਾ ਜੱਫੀ ਸਾਲਾ ਵੇਖ ਗਿਆ ਹੋ ਗਿਆ ਲੈ ਮੇਰਾ ਤੂੰ ਚੱਲ ਹੁਣ ਬੁਲਟ ਦੀ ਲਾਈਟ ਰਹਿ ਗਈ ਤੇ ਲਾਈਟ ਪੈਣ ਲੱਗੀ ਐ ਇਦੋਂ ਬਾਅਦ ਚ ਪੈਣ ਲੱਗੇ ਲੱਗੇ ਹਾਰਨ ਲਾਉਣ ਲੱਗੇ ਆ ਭਾਜੀ ਹਾਰਨ ਵੀ ਕੱਢ ਦੋ ਹਾਂ ਕਿਹੜੇ ਕਿਹੜੇ ਸਲੈਂਸਰ ਆ ਤੇ ਆ ਗਏ ਹਾਰਨ ਸੇਮ ਗੱਡੀ ਚ ਬੁਲਟ ਨੂੰ ਪਹਿਲੇ ਨੂੰ ਵੀ ਇਹਦੇ ਨਾਲ ਦਈ ਆ ਹਾਂ ਪਹਿਲੇ ਫੋਰਚੂਨਰ ਨੂੰ ਵੀ ਇਹਦੇ ਨਾਲ ਦਈ ਆ ਸਹੀ ਲਵਾਈ ਦੇ ਘੈਂਟ ਆਵਾਜ਼ ਸੁਣਨੀ ਭਾਜੀ ਆਵਾਜ਼ ਸੁਣਾ ਦੇ ਦੇਖ ਕੇ ਸਰ
ਹੈਂਡਲ ਖੋਲ ਲਓ, ਹੈਂਡਲ ਦੂਜਾ ਪਾਉਣਾ ਆ ਨਿੱਕਾ ਸਿਲੈਕਟ ਕੀਤਾ ਹੋਇਆ ਹਜੇ ਕਿਹੜਾ ਭਾਜੀ ਸਲਾਂਸਰ ਤਾਂ ਪਤਲੇ ਜਿਹੜਾ ਆਵਾਜ਼ ਮਾੜੀ ਕਿ ਸੁਣਾ ਲਓ ਦੋਨਾਂ ਦੀ ਯਾਰ ਮੈਂ ਇੱਕ ਗੱਲ ਸੋਚੀ ਨਾ ਵਾ ਕਿ ਆਪਣਾ ਕੋਈ ਵੀ ਬਲੌਗ ਆਪਾਂ ਦਿਨੇ ਨਹੀਂ ਬਣਾਉਂਦੇ ਹਨਾ ਹਨੇਰਾ ਜਿਹਾ ਹੋ ਜਾਂਦਾ ਹਮੇਸ਼ਾ ਹਨਾ ਘਰੋਂ ਨਿਕਲਦੇ ਨਿਕਲਦੇ ਵਾਕੇ ਟਾਈਮ ਲੱਗ ਜਾਂਦਾ 2 ਵਜੇ ਉੱਠੇ ਸੀ ਚਾਹ ਨਹੀਂ ਮੁੱਕਦੀ ਬਸ ਚਾਹ ਲਿਆਓ ਚਾਹ ਲਿਆਓ ਉਹਦੇ ਚੱਕਰਾਂ 'ਚ ਲੇਟ ਹੋ ਜਾਈਦਾ ਹਨਾ ਸਾਰੇ ਬਾਕੀ ਓਏ ਹੋਏ ਲਾਈਟ ਪੈ ਗਈ ਹੈ ਲਾਈਟ ਬੜੀਆ ਤੇ ਮੈਨੂੰ ਹੋਰ ਗੱਲਾਂ ਨਾਲ ਲਾਈਟ ਬਾਅਦ 'ਚ ਦਿਖਾਉਣੇ ਆ ਹਲੇ ਨੂੰ ਬਾਕੀ ਬੋਲਾਂ ਤੋਂ ਪੱਧਰਾ ਜਿਹਾ ਹਲੇ ਦਿਸਣ ਲੱਗ ਪੈਣਾ ਲੋਏ ਲੋਏ ਕਿਉਂਕਿ ਆਹ ਚੀਜ਼ ਹਲੇ ਲੋਏ ਨੂੰ ਢੱਕਦੀ ਹੈ ਦੇਖੀ ਚੱਲਦਾ ਦੇਖੀ ਫਿਰ ਜਦੋਂ ਰੀਲ ਪਾਈ ਨਾ ਇੰਸਟਾ ਤੇ ਆਏ ਉਤੋਂ ਹੱਥ ਚ ਫੋਨ ਆਏ ਉਤੋਂ ਤੇਰੀ ਸਮਾਈਲ ਉਤੋਂ ਪੱਗ ਦੀ ਸਾਰਿਆਂ ਤੋਂ ਗੱਲਬਾਤ ਸੋਹ ਲੱਗੇ ਪੱਗ ਕਰਕੇ ਜੱਚਦਾ ਚਲੋ ਜੀ ਆ ਲਓ ਜੀ ਹੁਣ ਆਇਆ ਅਸਲ ਨਵ ਤੇਰੇ ਬੁਲਟ ਤਾਂ ਕੀ ਬਣ ਗਿਆ ਓਏ ਭਾਜੀ ਕਰਦੇ ਇੱਕ ਵਾਰ ਲੰਡਾ ਯਾਰ ਅਸੀਂ ਵੀ ਮਾੜੀ ਵੀਡੀਓ ਬਣਾ ਲਈਏ ਵਧੀਆ ਜੀ ਲੱਗਦਾ ਜੀ ਨਵਜੋਤ ਬਾਜਵਾ ਜੀ ਦਾ ਬੁਲਟ ਦੇਖ ਲਓ ਜੇ ਕਿ ਇਹਨੂੰ ਲੋਏ ਨਹੀਂ ਦਿਸੇ ਸੀ ਨਾ ਹੁਣ ਦੇਖ ਲਓ ਲੋਏ ਚੱਜਣਾ ਹੁਣ ਚੱਜਣਾ ਵਾਕਈ ਇੱਦਾਂ ਸੀਟ ਲੱਗੀ ਹੋਵੇ ਇਕੱਲੀ ਹੈ ਨਾ ਜਚੂ ਬਹੁਤ ਹੈਨਾ ਮਰਗਾੜ ਵਾਕਈ ਘੈਂਟ ਲੱਗਣ ਡਿਆ ਸੀਟ ਹੋਵੇ ਲਵਾ ਲਾ ਤੂੰ ਭਾਜੀ ਉਹਨਾਂ ਨੂੰ ਕਿਹਾ ਉਹਨਾਂ ਨੇ ਉਹੀ ਕਰ ਦੇਣਾ ਦੇਖ ਲਾ ਬਾਕੀ ਟਾਇਰ ਦੇਖ ਲਓ ਜੀ ਟਾਇਰ ਜਚਿਆ ਕਿ ਨਹੀਂ ਪਹਿਲੋਂ ਬਰੀਕ ਜਿਹਾ ਬਹੁਤ ਆਉਂਦਾ ਸੀਗਾ ਤੇ ਹੁਣ ਕਾਫੀ ਜਿੰਨਾ ਚੋੜਾ ਪੈਸਾ ਉਹਦਾ ਉਹਨਾਂ ਪਾਇਆ ਕਿੰਨਾ ਹੈ ਭਾਜੀ ਟਾਇਰ 110 ਆ ਇਹ ਤੇ ਬਾਕੀ ਆਹ ਚੀਜ਼ ਦੀ ਤਾਂ ਗੱਲ ਹੀ ਲਹਿਰਾ ਹੈ ਨਾ ਐਸ ਦੀ ਐਸ ਵਿੱਚ ਵੀ ਬਹੁਤ ਚੀਜ਼ਾਂ ਆਉਂਦੀਆਂ ਪਰ ਆਪਾਂ ਇਹ ਲਾਈਕ ਕਰੀ ਦੀ ਆ ਬਾਕੀ ਹਲੇ ਪੂਰਾ ਚੇਂਜ ਹੋਊਗਾ ਤਾਂ ਤੁਹਾਨੂੰ ਪਤਾ ਲੱਗ ਜੂਗਾ ਤੇ ਇਕੱਲੀ ਆਹ ਰੋਡ ਰਹਿ ਗਈ ਹੁਣ ਆਮ ਵਾਲੀ ਤੇ ਹੁਣ ਅਲੋਏ ਦਿਸਣ ਲੱਗਾ ਨਵ ਹੁਣ ਦੇ ਗਏ ਲੋਏ ਇੱਧਰੋਂ ਆ ਕੇ ਹੁਣ ਦੱਸਦਾ ਹੁਣ ਫਿੱਟ ਹੋਊਗਾ ਨਾ ਹੁਣ ਗੱਲਬਾਤ ਤੇ ਬਾਕੀ ਲਾਈਟ ਵੀ ਮੂਰੇ ਕਿਆ ਬਾਤ ਹੈ ਹਾਏ ਹਾਏ ਹੁਣ ਬੁਲਟ ਤੇ ਲਿਖਾਵਾਂ ਕੀਤੀਆਂ ਜੀਜੇ ਦੇ ਬਾਪੂ ਨੇ ਰੀਜਾਂ ਪੂਰੀਆਂ ਕੀ ਲਿਖਾਉਣਾ ਦੁਬਾਰਾ ਬੋਲ ਹੁਣ ਲਿਖਾਉਣਾ ਬੁਲਟ ਤੇ ਕੀਤੀਆਂ ਜੀਜੇ ਦੇ ਬਾਪੂ ਨੇ ਰੀਜਾਂ ਪੂਰੀਆਂ ਕਹਿੰਦਾ ਬੁਲਟ ਤੇ ਲਿਖਾਉਣਾ ਕੀਤੀਆਂ ਜੀਜੇ ਤੇ ਬਾਪੂ ਨੇ ਰੀਜਾਂ ਪੂਰੀਆਂ ਕਿ ਜੀਜੇ ਨੇ ਆਹ ਚੀਜ਼ਾਂ ਪਵਾਤੀਆਂ ਬਾਪੂ ਨੇ ਬੁਲਟ ਲੈ ਦਿੱਤਾ ਜਿਹੜੀ ਗੱਲ ਕਹਿਣਾ ਓਹੀ ਉਦੋਂ ਨਾ ਨੀ ਕੀਤੀ ਇੱਕ ਵਾਰ ਨੰਨਾ ਨੀ ਪਾਇਆ ਨਾ ਇਹ ਤਾਂ ਦੇਖਦਾ ਹੋਊਗਾ ਚੱਲ ਵੀ ਆ ਵੀ ਚੱਕਦੀਆਂ ਆਵਾਜ਼ ਆਈ ਵੀ ਹੁਣ ਹੁਣ ਬੰਦਿਆਂ ਵਾਲੀ ਜੂਨੇ ਪਿਆ ਬੁਲਟ ਤੇਰਾ ਬਾਕੀ ਜੈ ਜੈਕਾਰ ਆ ਯਾਰ ਪੋਮੇ ਬ੍ਰੋ ਗੱਲਾਂ ਤੇ ਨਾ ਮੈਂ ਬਾਅਦ ਚ ਪੂਰੀਆਂ ਕਰੂੰਗਾ ਗੱਡੀ ਚ ਬਹਿ ਕੇ ਵਿਹਲੇ ਹੀ ਆਪਾਂ ਹੁਣ ਥੋੜਾ ਜਿਹਾ ਬਲੌਗ ਬਣਾ ਲਈਏ ਹੈਂ ਗੱਲਾਂ ਕਰਨੀਆਂ ਜਾਂ ਤੂੰ ਫੋਨ ਵੀ ਬੰਦ ਹੋਣ ਵਾਲਾ ਮੇਰਾ ਕਰ ਲਵਾਂ ਹੁਣ ਝੂਠਾ ਕੱਚਾ ਜਿਹਾ ਹੀ ਹੋ ਗਿਆ ਬਣਾਉਣ ਨਹੀਂ ਦਿੰਦਾ ਵਿੱਚ ਹੀ ਗੱਲਾਂ ਕਰ ਲੱਗ ਪੈਂਦਾ ਆ ਫੇਰ ਖੋਰ ਆ ਗਿਆ ਮੈਂ ਕਿਹਾ ਹੁਣ ਦੇਖ ਲਾ ਨਵ ਸਾਰਾ ਕੁਝ ਹੋ ਗਿਆ ਚੇਂਜ ਕੀ ਸੀਗਾ ਲਾਈਟ ਬਦਲ ਗਈ ਅਲੋਏ ਹੋ ਗਏ ਆ ਤੇ ਹੌਰਨ ਵੀ ਲੱਗ ਗਏ ਸੱਚ ਹੈਨਾ ਤੇ ਆ ਬਿੰਗੇ ਲੱਗੇ ਪਰ ਸੈਟਿੰਗ ਕਰਨੀ ਹਲੇ ਕਰਨੀ ਹਲੇ ਅੱਛਾ ਤੇ ਆ ਸੀਟ ਵੀ ਸੀਟ ਦਾ ਵੀ ਕਰਾਤਾ ਆ ਹੋਰ ਕੀ ਆ ਵੀ ਰਾਡ ਜੀ ਲਵਾਤੀ ਆ ਉਹ ਲਹਾ ਕੇ ਤੇ ਹੋਰ ਕੀ ਕਰਾਇਆ ਇੰਨਾ ਭੈੜਾ ਬਹੁਤ ਲੱਗਦਾ ਕਹਿੰਦਾ ਇੰਨਾ ਸੇਫ ਰਹਿੰਦਾ ਆ ਮੈਂ ਕਿਹਾ ਉਹ ਬੈਂਡ ਦੇਖੋ ਹੈ ਜੇ ਨਿਆਣਿਆਂ ਨੇ ਕਿਸੇ ਨੇ ਬੈਂਡ ਨੂੰ ਹੱਥ ਲਾਤਾ ਉੱਥੋਂ ਵੀ ਹੱਥ ਸੜ ਸਕਦਾ
ਜੇ ਇੱਥੋਂ ਲਾਤਾ ਇੱਥੋਂ ਵੀ ਸੜ ਸਕਦਾ। ਇਹ ਸ਼ੋਅ ਵਿਗਾੜਦਾ, ਇਹਨੇ ਕੀ ਬਚਾਅ ਕਰ ਲੈਣਾ। ਇਹ ਸਿਰਫ ਭੂਮੇ ਆਪਣੇ ਬੂਟ ਸੇਫ ਕਰਦਾ ਆ। ਜਦੋਂ ਮੈਂ ਜਾਣਾ ਹੁੰਦਾ ਨਾ ਸਕੂਲੇ, ਉਦੋਂ ਮੈਂ ਇੱਥੇ ਜੇ ਪੈਰ ਰੱਖੇ ਹੋਣੇ ਮੋਹਰੇ ਚਲਾਉਣ ਨਾਲ ਨੂੰ, ਕੋਈ ਇਹ ਹੋਰ ਨੂੰ ਬਿਠਾਇਆ ਹੋਣਾ, ਮੇਰੇ ਇੱਥੇ ਪੈਰ ਲੱਗ ਜਾਣੇ ਨਾ, ਇਹਨੇ ਬੂਟ ਲੂ ਦੇਣੇ, ਬੂਟ ਨਾਲ ਹੀ ਚੁੰਬੜ ਜਾਂਦਾ ਹੁੰਦਾ ਸੀ, ਤਾਂ ਉਹ ਬੁਲਟ ਵਾਲੇ ਆਹ ਦੇਣ ਲੱਗ ਪਏ। ਹਾਂ ਬੂਟ ਬਹੁਤ ਮੇਰੇ ਤਾਂ ਸੜੇ ਆ। ਇਹ ਇੱਥੇ ਪੈਰ ਰੱਖਣਾ ਅਤੇ ਇੱਥੇ ਜੁੜੇ ਹੀ ਰਹਿ ਜਾਣਾ, ਬਾਅਦ 'ਚ ਪਤਾ ਲੱਗਣਾ ਕਿ ਬੂਟ ਤਾਂ ਗਿਆ ਵੀ, ਬਹੁਤ ਬੂਟ ਸੜਦੇ ਹੁੰਦੇ ਸੀ, ਤਾਂ ਉਹਨਾਂ ਨੇ ਆਹ ਦੇਣਾ ਸ਼ੁਰੂ ਕੀਤਾ ਆ। ਅਤੇ ਬਾਕੀ ਜਿਹੜਾ ਹੈ ਹੀ ਬੁਲਟ ਗਰਮ ਤਾਂ ਉਹਨੇ ਹੋਣਾ ਹੀ, ਉਹਦੇ ਸਲੰਸਰ ਨੇ, ਠੀਕ ਹੈ ਜੀ। ਹਾਂਜੀ, ਬਾਕੀ ਸੇਫਟੀ ਤਾਂ ਆਪਣੇ ਹੱਥਾਂ 'ਚ, ਬਾਕੀ ਨਿਆਣਿਆਂ ਨੂੰ ਦੂਰ ਹੀ ਰੱਖੋ, ਠੀਕ ਹੈ ਜੀ। ਤੂੰ ਬੁਲਟ ਤਾਂ ਦੂਰ ਹੀ ਰਹਿ ਪੁੱਗੇ। ਤਾਂ ਨਾ ਇੱਦਾਂ ਦਾ ਸਲੰਸਰ ਹੁੰਦਾ ਆ, ਇਹ ਸੋਹਣਾ ਲੱਗਦਾ ਆ, ਜਿਹੜਾ ਉੱਪਰ ਪੱਤੀ ਲੱਗੀ ਆ ਉਹ ਸੋਹਣੀ ਨਹੀਂ ਲੱਗਦੀ। ਮੈਂ ਇਹ ਗੱਲ ਕਰਦਾ ਜੀ ਭੂਮੇ ਨਾਲ, ਮੁੰਡਿਆ ਹੈਂਡਲ ਦਾ ਕੰਮ। ਮੈਨੂੰ ਨਾ ਵੈਸੇ ਆਹ ਲਾਈਟ ਮੈਨੂੰ ਵਧੀਆ ਨਹੀਂ ਲੱਗਦੀ, ਮੈਨੂੰ ਪਲੇਨ ਲਾਈਟ ਵਧੀਆ ਲੱਗਦੀ ਆ, ਪਰ ਉਹ ਕਹਿੰਦੇ ਖਲਾਰਾ ਬਹੁਤ ਪੈ ਜਾਣਾ ਲਾਈਟ ਲਾਉਣ ਲੱਗੇ। ਚਲੋ ਕੁਛ ਨਹੀਂ ਹੁੰਦਾ, ਚਲੋ ਦੇਖਦੇ ਹਾਂ। ਵੈਸੇ ਚੀਜ਼ ਤਾਂ ਗੱਲਬਾਤ, ਮਤਲਬ ਬੁਲਟ ਦੀ ਜੂਨੇ ਪੈ ਗਿਆ ਇਹ। ਹਾਂ ਇਹ ਬੁਲਟ ਵਾਲੀ ਜੂਨੇ ਪੈ ਗਿਆ ਹੁਣ, ਪਹਿਲਾਂ ਤਾਂ ਸਪਲੈਂਡਰ 'ਚ ਹੀ ਵੱਜਦਾ ਇਹ, ਪਰ ਸਪਲੈਂਡਰ ਕਿਹੜਾ ਮਾੜੇ ਹੁੰਦੇ ਯਾਰ। ਸਪਲੈਂਡਰ ਵੀ ਉਹ ਦੇ, ਸਪਲੈਂਡਰ ਵੀ ਖੜਾ, ਉਹ ਕਿਹੜਾ ਮਾੜਾ ਲੱਗਦਾ। ਸਪਲੈਂਡਰ ਵੀ ਆਪਣੀ ਥਾਂ 'ਤੇ ਆ, ਕਿਉਂਕਿ ਮੈਂ ਤਾਂ ਸਪਲੈਂਡਰ ਦੀ ਕਰਦਾ ਕਿਉਂਕਿ ਮੈਂ ਸਪਲੈਂਡਰ ਬਹੁਤ ਚਲਾਇਆ ਆਪਣੇ ਘਰ ਖੜਾ ਜਿਹੜਾ, ਅਤੇ ਬੁਲਟ ਵੀ ਬਹੁਤ ਚਲਾਇਆ, ਦੋਨੇ ਘੈਂਟ ਆ, ਦੋਵੇਂ ਵਧੀਆ। ਨਵ ਦਾ ਨਵਾਂ ਬੁਲਟ, ਆਹ ਪਏ ਹੈਂਡਲ ਉਹਦੇ, ਸੀਟ ਪਤਾ ਨਹੀਂ ਉੱਧਰਲੀ ਦੁਕਾਨ 'ਤੇ ਕਿਤੇ ਗਈ ਆ, ਬਸ ਫਿਰ ਹੌਲੀ ਹੌਲੀ ਬਣ ਜੂਗਾ। ਇੱਥੋਂ ਫੜ ਕੇ ਟਰ ਟਰ, ਇਕੱਲੀ ਇਕੱਲੀ ਚੀਜ਼ ਅੱਖੀਂ ਦੇਖਦਾ। ਭਰਾਵਾ ਰੋ ਨਾ ਪਈ, ਸਹੀ ਹੋ ਜਾਣਾ ਆ, ਠੀਕ ਆ। ਇਹ ਸਹੀ ਕਰਾਉਣ ਨੂੰ ਹੀ ਖਿਲਾਇਆ ਆ, ਠੀਕ ਆ। ਹਾਂ ਤਾਂ ਲੁੱਕ ਬਣ ਲੈਂਦੇ, ਉਦੋਂ ਹੀ ਦੇਖ ਲਈ, ਇਕੱਠਾ ਹੀ ਦੇਖ ਲਈ, ਮਿੰਟ ਵੀ ਪਰੇ ਨਹੀਂ ਹੋਣ ਡਿਆ, ਕੁਛ ਨਹੀਂ ਲਾਉਣ ਦਿੰਦਾ ਮੈਂ, ਠੀਕ ਆ। ਤੈਨੂੰ ਪਤਾ ਨਹੀਂ ਕਾਹਦਾ ਡਰ ਪਿਆ ਆ, ਭੂਮਾ ਗੈਪ ਹੈਂਡਲ ਪਾਉਣਾ ਕਿਹੜਾ ਮਿਹਨਤ ਦਾ ਕੰਮ ਆ, ਇੰਨੇ ਪੈਸੇ ਕਾਹਦੇ। ਦੇਖੋ ਹੈਂਡਲ ਹੀ ਭਾਜੀ ਵੀਰ ਨੂੰ ਕੀ ਕੁਛ ਖੋਲਣਾ ਪਿਆ, ਸਾਰਾ ਕੁਛ ਮਿਹਨਤ ਦਾ ਕੰਮ ਹੈ ਯਾਰ, ਮਿਹਨਤ ਤਾਂ ਬਣਦੀ ਹੈ ਫਿਰ, ਸਹੀ ਆ ਗੱਲਬਾਤ ਹੈ ਪੂਰੀ। ਬਾਕੀ ਸੈਟਿੰਗ ਐਨ ਕਰਾ ਕੇ ਜਾਵਾਂਗੇ ਆਪਣੇ ਹਿਸਾਬ ਨਾਲ। ਬਾਕੀ ਅੱਗੇ ਆਹ ਛੱਲੇ ਪਾਈ ਦੇ ਸੀਗੇ, ਅਤੇ ਇੱਕ ਇਹਦੇ ਨਾਲ ਪਿਸਟਲ ਨਿੱਕੀ ਜਿਹੀ ਪਾਈ ਦੀ ਸੀ, ਪਰ ਹੁਣ ਦੂਜਾ ਛੱਲਾ ਬੜਾ ਕਹਿਣ ਤੋਂ ਬਾਅਦ ਵੱਡਾ, ਪਹਿਲਾਂ ਆਹ ਦੇਖ ਲਓ ਆਹ ਕਿੱਡਾ ਆ, ਅਤੇ ਦੂਜਾ ਹੈ ਬਹੁਤ ਵੱਡਾ ਆ, ਭਾਰਾ ਬਹੁਤ ਆ, ਭਾਰਾ ਹੈ ਬੜਾ ਘੈਂਟ ਆ। ਆਹ ਕਵਰ ਤੋਂ ਬਿਨਾਂ ਤਾਂ ਬੜਾ ਘੈਂਟ ਲੱਗਦਾ, ਮੈਂ ਕਿਹਾ ਹਲੇ ਚੱਲ ਥੋੜ੍ਹੇ ਦਿਨ ਕਵਰ ਪਿਆ ਰਹਿਣ ਦਿੰਦੇ ਹਾਂ। ਕੀ ਸੀਟ ਵੀ ਆ ਗਈ ਆ ਬਣ ਕੇ, ਸੀਟ ਦੇਖ ਲਈਏ ਕਿੱਦਾਂ ਦੀ ਬਣੀ, ਕਿਆ ਬਾਤ ਹੈ। ਦਿਖਾਉਣਾ ਬੁਲਟ ਵਾਲੀ ਜੂਨੇ ਪੈ ਗਿਆ ਆ, ਲੁੱਕ ਬੜੀ ਘੈਂਟ ਬਣੀ ਆ, ਜਿੱਦਾਂ ਪੁਰਾਣੇ ਆਉਂਦੇ ਹੁੰਦੇ ਸੀ ਨਾ। ਹਾਂਜੀ 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 ਭਾਜੀ, ਘੈਂਟ ਲੱਗਦਾ, ਵਧੀਆ ਲੱਗਦਾ, ਸੋਹਣਾ ਲੱਗਦਾ। ਤੇ ਬਾਕੀ ਜਦੋਂ ਇਹ 0300 ਨੰਬਰ ਲੱਗਾ, ਫਿਰ ਤਾਂ ਮੈਂ ਕਿਹਾ ਗੱਲਬਾਤ ਹੀ ਵੱਖਰੀ ਹੋ ਜਾਣੀ ਆ, ਕਿਆ ਬਾਤ ਹੈ ਨਵ। ਬਾਕੀ ਲਾਈਟਾਂ ਲੁੱਟਾਂ ਜਗਾ ਕੇ ਤੁਹਾਨੂੰ ਥੋੜ੍ਹੇ ਚਿਰ ਤੀ ਦਿਖਾਉਂਦੇ ਹਾਂ, ਲੋਏ ਨਾ ਬਹੁਤ ਘੈਂਟ ਲੱਗੇ, ਆ ਹੋ ਗਿਆ ਰੈਡੀ ਲੋਏ, ਸਾਰਾ ਕੁਝ ਦੇਖ ਲਓ, ਬੈਂਡ ਸਲਾਂਸਰ ਅਤੇ ਔਰਨ, ਔਰਨ 'ਤੇ ਨਵ ਨੇ ਜਾਲੀਆਂ ਪਵਾਤੀਆਂ, ਵਜਾ ਕੇ ਦਿਖਾਈ, ਹੋਰਨ ਫੇਰ ਨਹੀਂ ਵੱਜਿਆ, ਵੱਜ ਕੇ ਉਹ ਦੇਖਦੇ ਹਾਂ। ਲਾਈਟਾਂ ਦੱਸ ਕਿੱਦਾਂ ਕਿੱਦਾਂ ਆ, ਲਾਈਟਾਂ ਸਟਾਰਟ ਕਰਨਾ ਪੈਣਾ, ਅੱਛਾ
ਤੇ ਹੋਰ ਅੱਛਾ ਨਹੀਂ ਵਿੱਚ ਹੋਰ ਵੀ ਜਗਦੀਆਂ ਸੀ ਨਾ ਕਿ ਕੱਲੀਆਂ ਗਵਲੀਆਂ ਜਗਾ ਆਹ ਕਹਿੰਦਾ ਆਹ ਘੈਂਟ ਲੱਗਦੀ ਆਹ ਕਿਆ ਬਾਤ ਇਹ ਵੀਰੇ ਇੰਡੀਕੇਟਰ ਤੋਂ ਬਿਨਾਂ ਅੱਛਾ ਆਹ ਗੋਲ ਜਗੂ ਜਾਂ ਗੋਲ ਗੱਬੀ ਕੱਲੀ ਜਗਨ ਡੀ ਹੈ ਕੱਲੀ ਗੋਲ ਜਗਾਈ ਹੁਣ ਦੇਖੋ ਆਹ ਬੰਦ ਕਰ ਗਵਲੀਆਂ ਬੰਦ ਆਹ ਕੱਲੀ ਗੋਲ ਜਗਨ ਡੀ ਮਤਲਬ ਇੱਦਾਂ ਤੁਹਾਨੂੰ ਦਿਸਣਾ ਨਹੀਂ ਉਹ ਤਾਂ ਘੈਂਟ ਬਹੁਤ ਲੱਗ ਰਿਹਾ ਆ ਜੋ ਜੋ ਮੈਨੂੰ ਲੱਗਦਾ ਸੀ ਕਰਾਉਣਾ ਚਾਹੀਦਾ ਜਾਲੀਆਂ ਲਹਾ ਯਾਰ ਪਹਿਲਾਂ ਲਾਹ ਹਲੇ ਫੋਰਨ ਤਾਂ ਦਿਸਣ ਨਹੀਂ ਡੇ ਤੇਰੇ ਉਹ ਵੀ ਨਿਕਲ ਜੇ ਦੀ ਲੁੱਕ ਆਉਂਦੀ ਘੈਂਟ ਲੱਗਦਾ ਹਾਂ ਆ ਔਰ ਪਹਿਲਾਂ ਹੀ ਜਾਲੀਆਂ ਪਾਤੀਆਂ ਹਲੇ ਤਿਆਰ ਕਰਾਇਆ ਨਹੀਂ ਉਹ ਨਹੀਂ ਕੁਛ ਨਹੀਂ ਦਵਾ ਦਵਾ ਕਰਨਾ ਬੈਂਡ ਤਾਂ ਜੀ ਬਹੁਤ ਛੇਤੀ ਗਰਮ ਹੁੰਦਾ ਤੇ ਬੈਂਡ ਦੇ ਉੱਤੋਂ ਲਾ ਤਾ ਉਹ ਕਵਰ ਜਿਹਾ ਆਹ ਕਵਰ ਲਹਾਇਆ ਨਹੀਂ ਆਹ ਵੀ ਲਾਓ ਜੀ ਲਾ ਦਿਓ ਭਾਜੀ ਨਹੀਂ ਭਾਜੀ ਲਾ ਦਿਓ ਤੁਸੀਂ ਲਹਾ ਦਿਓ ਇਹ ਨਹੀਂ ਕਵਰ ਪਸੰਦ ਉਹ ਬਰੀਕ ਹੀ ਰਹਿਣ ਦਿਓ ਆਹ ਹੁਣ ਲਾ ਗਿਆ ਤੇ ਹੁਣ ਵਧੀਆ ਲੱਗਾ ਆ ਗਏ ਆਪਾਂ ਘੁੰਮ ਘੁਮਾ ਕੇ ਆਪਾਂ ਆ ਗਏ ਹਾਂ ਪਿੰਡ ਫੁੱਲੜੀ ਵਾਲ ਫੁੱਲੜੀ ਵਾਲ ਦੀ ਇਹ ਪਹਿਚਾਣ ਪੜ੍ਹਿਆ ਲਿਖਿਆ ਹਰ ਇਨਸਾਨ ਨਸ਼ੇ ਪੱਤੇ ਤੋਂ ਰਹਿਤ ਇਲਾਕਾ ਤੁਹਾਨੂੰ ਪਤਾ ਹੀ ਹੋਣਾ ਪੈਂਚੂਗੜ ਤੇ ਆ ਜਾ ਗੱਡੀ ਚਲਾ ਮੈਂ ਬੁਲਟ ਦੀ ਗੇੜੀ ਲੈ ਲਵਾਂ ਮੈਂ ਨਾਲ ਬੈਨਾ ਪ੍ਰੋਫ ਗੱਡੀਆਂ ਚਲਾਉਣੀ ਪਰ ਪੈਨ ਚਲਾਉਣੀ ਨਾਲ ਬੈਨਾ ਇੰਨਾ ਚਾਹ ਕਰ ਜਾਂਦਾ ਮੈਂ ਫੋਰਚੂਨਰ ਦੇ ਫੜਾਉਣਾ ਇਹ ਬੁਲਟ ਨਹੀਂ ਫੜਾਉਂਦਾ ਕਮਾਲ ਹੋ ਗਈ ਯਾਰ ਜਿੱਦਾਂ ਤਾਂ ਮੈਂ ਫੋਰਚੂਨਰ ਤੈਨੂੰ ਮੈਂ ਫੋਰਚੂਨਰ ਤੈਨੂੰ ਫੜਾਉਣ ਡਿਆ ਆ ਤੇ ਤੂੰ ਮੈਨੂੰ ਗੱਡੀ ਵੀ ਨਹੀਂ ਫੜਾਉਣ ਡਿਆ ਮੈਂ ਨਹੀਂ ਮੈਂ ਚੜਾਈ ਤੇ ਆਵਾਜ਼ ਵਧੀਆ ਮੈਂ ਕਿਹਾ ਗੱਲਬਾਤ ਪੂਰੀ ਬਣੀ ਆ ਮੈਂ ਚੜਾਈ ਤੇ ਚੜਾਈ ਸੀ ਉਦੋਂ ਦੇਖੀ ਨਹੀਂ ਇਹਨੂੰ ਸਿਖਾਉਣ ਡਿਆ ਮੈਂ ਇੱਕ ਦਿਨ ਉਹ ਚੱਲ ਮੈਂ ਜਾਣਾਗਾ ਬੁਲਟ ਤੇ ਹੁਣ ਮੈਂ ਕਿਹਾ ਗੇੜੀ ਵੀ ਲਾ ਆਈਏ ਨਵ ਫੜ ਚਲੋ ਚੱਲਦਾ ਰਹਿਣ ਨਹੀਂ ਕੈਮਰਾ ਕਹਿੰਦਾ ਡਨ ਸਲੈਂਸਰ ਨੂੰ ਰੱਖਣਾ ਘਰ ਦੇ ਬਾਹਰ ਕੱਢ ਕੇ ਸਲੈਂਸਰ ਨੂੰ ਕਰ ਦੇ ਜੱਪੀ ਭਾਲੀ ਮੈਨੂੰ ਚੰਗਾ ਬਸ ਚੱਲ ਹੁਣ ਸਲੈਂਸਰ ਜਾਣਦੇ ਹਾਂ ਹਲੇ ਜਾਣ ਬਹੁਤ ਆ ਨਾ ਪੁਰਾਣਿਆਂ ਨਾਲੋਂ ਤਾਂ ਬਹੁਤ ਜ਼ਿਆਦਾ ਦੌੜਦਾ ਆ ਹੁਣ ਦੇ ਬਣ ਗਈ ਗੱਲਬਾਤ।